ਇਸ ਪ੍ਰਧਾਨਗੀ ਦੇ ਚੋਣ ਦੌਰਾਨ ਕਾਂਗਰਸੀ ਕੌਂਸਲਰ ਦੀ ਪਾਰਟੀ ਨੇ ਦਿੱਤਾ ਧੋਖਾ, ਕੀ ਕਾਂਗਰਸ ਹਾਈਕਮਾਂਡ ਕਰੇਗੀ ਕਾਰਵਾਈ? ਨਗਰ ਕੌਂਸਲ ਜੰਡਿਆਲਾ ਗੁਰੂ ਵਿਖ ਰੱਖੀ ਗਈ ਅੱਜ ਮੀਤ ਪ੍ਰਧਾਨਗੀ ਦੀ ਚੋਣ SDM ਨਿਤਿਸ਼ ਸਿੰਗਲਾ ਵੱਲੋਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਵਿੱਚ 15 ਕੌਂਸਲ ਹੋਣ ਕਰਕੇ ਅੱਜ ਮੀਟਿੰਗ ਵਿੱਚ 6 ਕਾਂਗਰਸੀ ਧੜੇ ਦੇ ਅਤੇ 1 ਭਾਜਪਾ ਕੌਂਸਲ ਹੋਣ ਨਾਲ ਕੁੱਲ 7 ਮੈਂਬਰ, ਜਦੋਂ ਕਿ ਮੀਟਿੰਗ ਵਿੱਚ 8 ਮੈਂਬਰਾਂ ਦਾ ਹੋਣਾ ਜ਼ਰੂਰੀ ਸੀ। ਅੱਜ ਜੀ ਸਪੈਸ਼ਲ ਮੀਟਿੰਗ ਰੱਖੀ ਗਈ ਸੀਗੀ ਉਪ ਪ੍ਰਧਾਨ ਦੀ ਚੋਣ ਵਾਸਤੇ PC ਸਾਹਿਬ ਦੇ ਹੁਕਮਾਂ ਦੇ ਨਾਲ, ਅਤੇ ਮੈਨੂੰ ਬਤੌਰ ਕਨਵੀਨਰ ਨਿਯੁਕਤ ਕੀਤਾ ਗਿਆ ਸੀਗਾ, ਅਤੇ ਅੱਜ 11 ਵਜੇ ਦਾ ਸਮਾਂ ਰੱਖਿਆ ਗਿਆ ਸੀਗਾ, ਅਤੇ 15 ਵਾਰਡ ਦੇ ਵਿੱਚ ਟੋਟਲ 15 ਕੌਂਸਲਰ ਹੈਗੇ ਨੇ, ਅਤੇ ਸਮੇਤ MLA ਟੋਟਲ 16 ਜਣੇ ਹੈਗੇ ਨੇ, ਅਤੇ ਪਰੰਤੂ ਅੱਜ ਜਿਹੜੇ ਕੌਂਸਲਰ ਸਾਹਿਬਾਨ ਹਾਜ਼ਰ ਹੋਏ ਉਹ 7 ਹੋਏ, ਅਤੇ ਕਿਸੇ ਵੀ ਸਪੈਸ਼ਲ ਮੀਟਿੰਗ ਨੂੰ ਪੂਰਾ ਕਰਨ ਵਾਸਤੇ ਕੋਰਮ ਜਿਹੜਾ ਹੈਗਾ ਅੱਧੇ ਮੈਂਬਰਾਂ ਦਾ ਹੋਣਾ ਜ਼ਰੂਰੀ ਹੈ, ਜਿਸ ਕਰਕੇ ਕੋਰਮ ਪੂਰਾ ਨਾ ਹੋਣ ਕਰਕੇ ਜਿਹੜੀ ਅੱਜ ਦੀ ਮੀਟਿੰਗ ਹੈਗੀ ਹੈ ਅਗਲੇ ਹੁਕਮਾਂ ਤੱਕ ਜਿਹੜੀ ਹੈ ਪੋਸਟਪੋਨ। ਹੋਰ ਕੋਈ ਖਾਸ ਇਹਦੇ ਵਾਸਤੇ ਗੱਲਬਾਤ ਜੀ, ਹੋਰ ਕੋਈ ਪ੍ਰੋਬਲਮ ਕਿਸੇ ਤਰ੍ਹਾਂ? ਨਹੀਂ, ਕਿਸੇ ਤਰੀਕੇ ਦੀ ਨਹੀਂ ਜੀ, ਬਹੁਤ ਸਾਰਿਆਂ ਨਾਲ ਕੌਂਸਲਰ ਦਾ ਬੜੇ ਸ਼ਾਂਤੀਪੂਰਵਕ ਜਿਹੜਾ ਹੈਗੀ ਹੈ ਪ੍ਰੋਸੀਡਿੰਗ ਪੂਰੀ ਕੀਤੀ ਗਈ ਹੈਗੀ ਹੈ, ਕਿਸੇ ਤਰੀਕੇ ਦੀ ਹੈ ਨਹੀਂ ਸੀਗੀ, ਫਿਰ ਵੀ ਪੁਲਿਸ ਦੀ ਜਿਹੜੀ ਪ੍ਰੈਜੈਂਸ ਸੀਗੀ ਉਹਨੇ ਲੋਅ ਐਂਡ ਆਰਡਰ ਨੂੰ ਬਣਾ ਕੇ ਰੱਖਿਆ। ਸਰ, ਜਿਹੜੇ ਬਾਕੀ ਕੌਂਸਲਰ ਨਹੀਂ ਆਏ ਉਹ ਕਾਰਨ ਕੀ ਆ? ਨਾ ਹਲਕਾ ਵਿਧਾਇਕ ਆਏ ਆ, ਨਾ ਬਾਕੀ ਕੌਂਸਲਰ। ਦੇਖੋ ਜੀ, ਸਾਡਾ ਅਸੀਂ ਉਹਨਾਂ ਨੂੰ ਨੋਟਿਸ ਭੇਜਿਆ ਸੀਗਾ, 48 ਘੰਟਿਆਂ ਦਾ ਨੋਟਿਸ ਦੇਣਾ ਹੁੰਦਾ, ਅਸੀਂ ਵੈਲ ਵਿਦਇਨ ਟਾਈਮ ਉਹਨਾਂ ਨੂੰ ਨੋਟਿਸ ਭੇਜਿਆ ਸੀ, ਅਤੇ ਸਾਰਿਆਂ ਦੀ ਰਿਸੀਵਿੰਗ ਵੀ ਜਿਹੜੀ ਹੈਗੀ ਹੈ ਸਾਨੂੰ ਆਈ ਸੀ, ਸਰਵਿਸ ਪੂਰੀ ਹੋਈ ਸੀਗੀ। ਹੁਣ ਉਹਨਾਂ ਦਾ ਨਾ ਆਉਣ ਦਾ ਕਾਰਨ ਮੈਨੂੰ ਨਹੀਂ ਪਤਾ ਹੈਗਾ, ਅਤੇ ਮੇਰਾ ਕੰਮ ਬਤੌਰ ਕਨਵੀਨਰ ਚੋਣ ਕਰਾਉਣ ਦਾ ਸੀਗਾ, ਜੋ ਕੋਰਮ ਨਾ ਪੂਰਾ ਹੋਣ ਕਰਕੇ ਨਹੀਂ ਹੋ ਪਾਇਆ।